ਜਿਹੜੇ ਪੈਸਿਆਂ ਦੇ ਲਾਲਚ 'ਚ ਫਿਰਦੇ ਨੇ ਹੋਰ ਵੀ ਜਾਣਗੇ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਛਾਨਣਾ ਲੱਗਾ ਰੋਡ ਉੱਤੇ ਆਉਣੇ ਨੇ ਤਾਂ ਵਧੀਆ ਮਾਰ ਪਾਏ ਚੱਲਣ। ਇਹ ਛਾਨਣਾ ਪਰਮਾਤਮਾ ਨੇ ਡੇਰਾ ਬਾਬਾ ਨਾਨਕ 'ਚ ਲਾਇਆ ਕਿ ਜਿਹੜੀ ਟਿਕਟ ਇਹਨੂੰ ਮਿਲੀ ਹੈ ਤਾਂ ਛਾਨਣਾ ਲੱਗਾ, ਨਹੀਂ ਤਾਂ ਵਿੱਚ ਸਹੀਆਂ ਕਈਆਂ ਨੇ ਘੁਸਪੈਠ ਕਰ ਲਈ ਸੀ। ਇੱਥੇ ਦੋ ਚਾਰ ਬੰਦੇ ਬਾਰਡਰ ਦੇ ਵੀ, ਇੱਕ ਜਗ੍ਹਾ ਇੱਥੇ ਪਲੀਮਾ ਵਾਲਾ ਪੰਜਾਬ ਹੈ ਸਰਪੰਚ ਜਗੀਰ ਹੀ ਨਾਮ ਦਾ, ਜਗੀਰ ਸਿੰਘ ਤਰੀ ਮੈਂ ਕਹਿੰਦਾ, ਮੈਂ ਕੱਲਾ ਜਗੀਰ ਕਹਿਣਾ ਹੀ ਇਹ ਗਲਤ ਹੈ। ਉਹਦੇ ਸਿੰਘਾਂ ਲਈ ਕਰਤੂਤ ਕਿਹੜੀ ਆ? ਮੈਂ ਉਹਨੂੰ ਸੱਦਣ ਗਿਆ ਅਤੇ ਮੈਂ ਉਹਨੂੰ ਘਰ ਸੱਦਣ ਗਿਆ ਕਿ ਤੂੰ ਮੇਰੇ ਨਾਲ ਚੱਲ ਆਪਣੀ ਲੋੜ ਨੂੰ ਆ। ਸਿੰਘ ਕਹਿੰਦਾ ਉਹਨੂੰ ਕਹਿ ਕਿਹੋ ਜਿਹਾ ਸਿੰਘ ਹੁੰਦੇ ਨੇ, ਕੱਲ੍ਹ ਨੂੰ ਤੂੰ ਵੀ ਇੱਦਾਂ ਕਰਦੀ ਪਰ ਤੂੰ ਵੀ ਆ ਕੇ ਮੈਨੂੰ ਵੀ ਸਿੰਘ ਕਹਿ। ਮੈਂ ਨਹੀਂ ਕਹਿੰਦਾ ਕਿਸੇ ਨੂੰ। ਤਸਵੀਰਾਂ ਡੇਰਾ ਬਾਬਾ ਨਾਨਕ ਹਲਕੇ ਦੇ ਕਲਾਨੌਰ ਬਲਾਕ ਦੇ ਪਿੰਡ ਰਹੀਮਾਬਾਦ ਦੀਆਂ ਹਨ, ਜਿੱਥੇ ਕਿ ਅੱਜ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਸ਼ਹਿਰੀ ਕਲਸੀ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਹੈ। ਇਸ ਮੌਕੇ ਗੁਰਦੀਪ ਸਿੰਘ ਰੰਧਾਵਾ ਵੀ ਮੌਜੂਦ ਸਨ। ਇਸ ਮੌਕੇ ਦੋਨਾਂ ਆਗੂਆਂ ਵੱਲੋਂ ਜਿੱਥੇ 1 ਜੂਨ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ, ਉੱਥੇ ਹੀ ਆਪਣੇ ਵਿਰੋਧੀਆਂ 'ਤੇ ਸਿਆਸੀ ਹਮਲੇ ਵੀ ਕੀਤੇ ਹਨ। ਦੇਖੋ ਜੀ, ਜਿੱਥੇ ਲੋਕਾਂ ਦਾ ਪਿਆਰ ਮਿਲਦਾ ਹੋਵੇ ਔਰ ਮਾਣ ਸਤਿਕਾਰ ਮਿਲਦਾ ਹੋਵੇ ਤਾਂ ਫਿਰ ਨਾ ਤਾਂ ਗਰਮੀ ਵੇਖੀ ਜਾਂਦੀ ਹੈ, ਨਾ ਝੱਖੜ, ਨਾ ਹਨੇਰੀਆਂ, ਨਾ ਤੂਫਾਨ। ਬਸ ਬੇਸਿਕਲੀ ਮੇਨ ਮੋਟਿਵ ਕੀ ਹੈ, ਇਹ ਲੋਕਾਂ ਦਾ ਪਿਆਰ ਹੈ। ਜੇ ਉਹ ਗਰਮੀ 'ਚ ਉਹ ਆ ਸਕਦੇ ਨੇ ਤਾਂ ਫਿਰ ਸਾਨੂੰ ਆਉਣ 'ਚ ਕੀ ਹਰਜ ਹੈ? ਸੋ ਮੈਂ ਰਹਿਣੀ ਹਾਂ ਪੱਖ ਦੀ ਗਰਮੀ ਦੇ ਵਿੱਚ, ਅੱਜ ਜੇ ਪਰਿਵਾਰ ਸਾਰੇ ਮਿਲਦੇ ਨੇ ਮੈਂ ਰਹਿਣੀ ਹਾਂ ਇਹਨਾਂ। ਨਹੀਂ ਉਹ ਮੈਨੂੰ ਤੁਹਾਡੇ ਕੋਲ ਪਤਾ ਲੱਗਾ ਉਹਨਾਂ ਨੇ ਹਾਂ ਰੈਲੀ ਕੀਤੀ, ਉਹਦਾ ਮੈਨੂੰ ਨਹੀਂ ਪਤਾ ਵੀ ਕੀ ਉਹਨਾਂ ਨੇ ਬੋਲਿਆ ਅਤੇ ਕੀ ਕਿਹਾ। ਸੋ ਆਮ ਆਦਮੀ ਪਾਰਟੀ ਦਾ ਜਿਹੜਾ ਵਰਕਰ ਉਹ ਨਾਲ ਲੋਕਾਂ ਨੂੰ ਜਿਹੜੀ ਸੁੱਖ ਸਹੂਲਤਾਂ ਮਿਲ ਰਹੀਆਂ ਲੋਕ ਪੋਸਟਿੰਗ। ਮੈਂ ਇੱਕ ਗੱਲ ਕਰਨੀ ਹੈ ਕ੍ਰਿਸ਼ਨ ਭਾਈਚਾਰੇ ਨੂੰ, ਤੁਹਾਡੇ ਹੱਥ 'ਚ ਡੋਰ ਜੇ ਜਿੱਤ ਹਾਰਦੀ ਤੁਹਾਡੇ ਹੱਥ 'ਚ, ਸੁਣ ਲਓ ਮੇਰੀ ਗੱਲ, ਤੁਹਾਡੇ ਹੱਥ 'ਚ। ਬੜੇ ਲੋਕ ਕਹਿੰਦੇ ਨੇ ਜੀ ਕ੍ਰਿਸ਼ਨ ਇੱਦਾਂ ਕਰਦੇ, ਕ੍ਰਿਸ਼ਨ ਦੇ ਗੱਲ ਕੌੜੀ ਹੈ, ਮੈਂ ਕਰਨੀ ਹੈ ਕਹਿੰਦੇ ਨੇ ਲੋਕ, ਭਾਵੇਂ ਮੂੰਹ 'ਤੇ ਨਹੀਂ ਕਹਿੰਦੇ ਪਰ ਮੈਂ ਕਹਿ ਦਿੰਦਾ ਹੁੰਦਾ। ਅੱਗੇ ਤਾਂ ਕਹਿੰਦੇ ਸੀ ਕ੍ਰਿਸ਼ਨ ਪੈਸੇ ਲੈਂਦੇ ਨੇ ਜੀ, ਉਹ ਹੁਣ ਤਾਂ ਜੱਟ ਵੀ ਲੈਣ ਲੱਗ ਗਏ, ਹੁਣ ਕੋਈ ਫਰਕ ਨਹੀਂ ਰਹਿ ਗਿਆ ਕਿਸੇ ਦੇ ਵਿੱਚ, ਹੁਣ ਸਾਰੇ ਲੈਂਦੇ ਨੇ। ਪਰ ਤੁਹਾਡੇ 'ਚ ਤਾਂ ਇਹਨਾਂ ਦੇ ਲੈਣ 'ਚ ਫਰਕ ਇੰਨਾ, ਤੁਸੀਂ ਥੋੜ੍ਹਿਆਂ ਨਾਲ ਮੰਨ ਜਾਂਦੇ ਜੇ ਮੋਟੀ ਇਕੱਠੀ ਨਾ ਮੰਨਦੇ ਨੇ, ਗੱਲ ਫਰਕ ਇੰਨੀ ਹੈ। ਠੀਕ ਹੈ ਨਾ ਗੱਲ ਤਾਂ ਮੇਰੀ, ਉਹ ਕਹਿੰਦੇ ਸਾਡੀ ਗੱਡੀ ਹੈ ਸਾਡੇ ਕੋਲ। ਕਲਾਨੌਰ ਤੋਂ ਰਾਜਨ ਸ਼ਰਮਾ ਦੀ ਰਿਪੋਰਟ, ਪੰਜਾਬ ਟੂਡੇ।